ਵੀ ਕਾਂਗਰਸ ਅੱਜ ਮੈਨੂੰ ਲੱਗਦਾ ਕਿ ਸਾਡੀ ਮੇਜਰ ਜਿਹੜੇ ਆ ਉਹ 8-10 ਸੀਟਾਂ ਤੱਕ ਵੀ ਜਿਹੜਾ ਉਹ ਕਾਂਗਰਸ ਆ ਸਕਦੀ ਹੈ। ਬਹੁਤ ਬਹੁਤ ਸਵਾਗਤ ਹੈ ਪ੍ਰਗਟ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਗੱਲ ਕੀਤੀ ਕਿ ਨੈਸ਼ਨਲ ਇਸ਼ੂ ਕੀ ਹੈ, ਰਾਹੁਲ ਗਾਂਧੀ ਦਾ ਜ਼ਿਕਰ ਕੀਤਾ, ਫਿਰ ਤੁਸੀਂ ਕਿਹਾ ਕਿ ਪੰਜਾਬ ਦੇ ਮੁੱਦੇ ਵੀ ਬਹੁਤ ਅਹਿਮ ਨੇ ਔਰ ਤੁਸੀਂ ਪਾਰਟੀ ਦੀ ਲੀਕ ਤੋਂ ਹਟ ਕੇ ਵੀ ਆਪਣੀ ਗੱਲ ਕਰਦੇ ਰਹੇ ਹੋ। ਮੈਂ ਪਹਿਲਾਂ ਸਵਾਲ ਇਹ ਪੁੱਛਣਾ ਚਾਹੁੰਦਾ, ਅੱਜ ਪੰਜਾਬ 'ਚ ਕਾਂਗਰਸ ਕਿੱਥੇ ਖੜੀ ਹੈ? ਵੀ ਕਾਂਗਰਸ ਅੱਜ ਮੈਨੂੰ ਲੱਗਦਾ ਕਿ ਸਾਡੀ ਮੇਜਰ ਜਿਹੜੇ ਆ ਉਹ 8-10 ਸੀਟਾਂ ਤੱਕ ਵੀ ਜਿਹੜਾ ਉਹ ਕਾਂਗਰਸ ਆ ਸਕਦੀ ਹੈ। 8-10, 13 ਨਹੀਂ ਤੁਸੀਂ ਕਹਿ ਰਹੇ ਹੋ? ਦੇਖੋ ਜੇ ਰੀਅਲਿਸਟਿਕਲੀ ਦੇਖਿਆ ਜਾਵੇ, ਕਿਉਂਕਿ ਕੱਲ੍ਹ ਦਾ ਕੁਛ ਪਤਾ ਨਹੀਂ ਹੈ, ਕਿਉਂਕਿ ਇੱਕ ਮਹੀਨੇ 'ਚ ਮੈਨੂੰ ਤਾਂ ਐਂ ਵੀ ਲੱਗਦਾ ਹੁੰਦਾ ਕਈ ਵਾਰੀ ਨਾ ਲਾਸਟ ਮਿੰਟਾਂ ਦੇ ਵਿੱਚ ਵੀ ਗੋਲ ਗੋਲ ਕਈ ਇੱਧਰ ਉੱਧਰ ਹੋ ਜਾਂਦੇ। ਸੋ ਉਸ ਸੰਦਰਭ ਦੇ ਵਿੱਚ ਮੈਂ ਕਹਿ ਸਕਦਾ ਕਿ ਗੋਲ ਆਪਣਿਆਂ ਨੇ ਕੀਤੇ ਆ ਜਾਂ ਕਿਹਦੀ ਜ਼ਿੰਮੇਵਾਰੀ ਕਿਹਦੀ ਹੈ? ਨਹੀਂ, ਜ਼ਿੰਮੇਵਾਰੀ ਤਾਂ ਚਲੋ ਆਪਾਂ 1 ਤਰੀਕ ਤੋਂ 1 ਜੂਨ ਤੋਂ ਬਾਅਦ ਕਰਾਂਗੇ ਕਿ ਕਿਹਦੀ ਜ਼ਿੰਮੇਵਾਰੀ ਆ, ਪਰ ਇਹ ਆ ਕਿ ਅੱਜ ਦੇਸ਼ ਦੇ ਸੰਦਰਭ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਉੱਥੇ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਜ਼ਰੂਰਤ ਹੈ। ਪੰਜਾਬ 'ਚ ਚੱਬੇਵਾਲ ਹੋਣ, ਬਿੱਟੂ ਹੋਣ, ਗੋਲਡੀ ਹੋਣ, ਕਈ ਲੀਡਰ ਲਗਾਤਾਰ ਪਟਕੇ ਚੇਂਜ ਕਰ ਰਹੇ ਨੇ, ਹੱਥ ਛੱਡ ਕੇ ਜਾ ਰਹੇ ਨੇ, ਪਰ ਜ਼ਿੰਮੇਵਾਰੀ ਤਾਂ ਤੈਅ ਚਾਹੇ ਬਾਅਦ ਚਾਹੇ ਅੰਦਰ ਖਾਤੇ ਤੁਹਾਡਾ ਖੋਲਦਾ ਹੋਣਾ ਕਿ ਇਹ ਕਿਉਂ ਹੋ ਰਿਹਾ, ਜਾਂ ਤੁਸੀਂ ਵਿਦ ਇਨ ਪਾਰਟੀ ਦਾ ਗੱਲ ਕਰਦੇ ਹੋਣੇ ਨਾ? ਨਹੀਂ, ਵਿਦ ਇਨ ਪਾਰਟੀ ਗੱਲ ਕਰਦੇ, ਮੈਂ ਕਿਹਾ ਤੁਹਾਨੂੰ 1 ਜੂਨ ਤੋਂ ਬਾਅਦ ਜ਼ਰੂਰ ਦੱਸਾਂਗੇ ਇਸ ਗੱਲ ਲਈ, ਕਿਉਂਕਿ ਅੱਜ ਲੜਾਈ ਸਾਡੇ ਦੇਸ਼ ਲਈ ਆ, ਕਿਉਂਕਿ ਉਹ ਵੱਡਾ ਇਸ਼ੂ ਆ ਜਿਹੜੀ ਇੰਟਰਨਲ ਹੁੰਦੀ। ਦੇਖੋ ਪੋਲੀਟਿਕਸ ਵੀ 2 ਤਰ੍ਹਾਂ ਦੀ ਹੁੰਦੀ, ਇੱਕ ਇੰਟਰਨਲ ਹੁੰਦੀ, ਐਕਸਟਰਨਲ ਹੁੰਦੀ ਆ, ਠੀਕ ਹੈ ਨਾ? ਅੱਜ ਸਾਨੂੰ ਐਕਸਟਰਨਲ ਨਾਲ ਲੜਨ ਦੀ ਜ਼ਰੂਰਤ ਹੈ। ਜੋ ਵੀ ਪੋਸੀਬਲ ਹੋਇਆ ਉਹ ਅੱਜ ਦੀ ਤਰੀਕ ਦੇ ਵਿੱਚ ਆਪਣੇ ਸਾਰਿਆਂ ਦੇ ਸਾਹਮਣੇ ਆ। ਸੋ ਮੈਂ ਤਾਂ ਉਹਨੂੰ ਇੱਕ ਨੈਸ਼ਨਲ ਵਿਊ ਦੇਖਦੇ ਹੋਏ, ਇੱਕ ਪੰਜਾਬ ਦਾ ਵਿਊ ਦੇਖਦੇ ਹੋਏ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਸਾਨੂੰ ਪੰਜਾਬੀਆਂ ਨੂੰ ਕੀ ਸੋਚ ਕੇ ਕਿੱਧਰ ਨੂੰ ਤੁਰਨ ਦੀ ਜ਼ਰੂਰਤ ਹੈ। ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਪੰਜਾਬ 'ਚ ਗਠਬੰਧਨ ਨਹੀਂ ਹੋਇਆ, ਲੇਕਿਨ ਜਦੋਂ ਇੰਡੀਆ ਅਲਾਇੰਸ ਦੀ ਗੱਲ ਆਉਂਦੀ ਉੱਥੇ ਫਿਰ ਇਕੱਠੇ ਨੇ। ਇਹ ਤੁਹਾਨੂੰ ਲੱਗਦਾ ਨਹੀਂ ਕਿ ਡਿਊਲ ਪੋਲੀਟਿਕਸ? ਨਹੀਂ, ਡਿਊਲ ਪੋਲੀਟਿਕਸ ਦੇਖੋ ਹੋ ਸਕਦਾ ਵੀ ਇਹ ਵੱਡੇ ਸੰਦਰਭ ਦੇ ਵਿੱਚ ਇਹੋ ਜਿਹਾ ਹੋਇਆ ਹੋਵੇ, ਲੇਕਿਨ ਪੰਜਾਬ ਲਈ ਅਸੀਂ ਬੜੇ ਕਲੀਅਰ ਹਾਂ ਔਰ ਇਹ ਸਾਡੀ ਰਜ਼ਿਸਟੈਂਸ ਹੀ ਸੀ ਜਿਹੜੀ ਪੰਜਾਬ ਦੇ ਵਿੱਚ ਅਲਾਇੰਸ ਨਹੀਂ ਹੋਈ, ਕਿਉਂਕਿ ਕਈ ਲੀਡਰ ਇਹੋ ਜਿਹੇ ਸੀਗੇ ਜਿਹੜੇ ਪੰਜਾਬ ਦੇ ਵਿੱਚ ਵੀ ਅਲਾਇੰਸ ਕਰਨਾ ਚਾਹੁੰਦੇ ਸੀ ਕਾਂਗਰਸ ਦੇ ਸੀਗੇ, ਹਾਂ ਡੈਫੀਨੇਟਲੀ ਸੀਗੇ, ਪਰ ਉਹ ਅਸੀਂ ਨਹੀਂ ਹੋਣ ਦਿੱਤੀ। ਉਹਦਾ ਸਿੰਪਲ ਕਾਰਨ ਇਹ ਸੀ ਕਿ ਜੇ ਓਪੋਜੀਸ਼ਨ ਅਤੇ ਜਿਹੜੀ ਸਰਕਾਰ ਆ ਉਹ ਜੇ ਇਕੱਠੀ ਹੋ ਜਾਵੇ, ਜਿਹੜੀ ਕਿ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਆਮ ਆਦਮੀ ਪਾਰਟੀ ਦੀ ਮਾੜੀ ਆ, ਅਤੇ ਮੈਨੂੰ ਲੱਗਦਾ ਫਿਰ ਸਾਡਾ ਕੋਈ ਫੇਸ ਵੈਲਿਊ ਰਹਿਣੀ ਨਹੀਂ ਹੈ। ਸੋ ਇਸ ਕਰਕੇ ਅਸੀਂ ਉਹ ਨਹੀਂ ਹੋ ਸਕਦੇ। ਲੀਡਰਸ਼ਿਪ ਕ੍ਰਾਈਸਿਸ ਮੰਨਦੇ ਹੋ ਕਾਂਗਰਸ ਪੰਜਾਬ 'ਚ ਹੈ? ਅਲੱਗ ਅਲੱਗ ਧੜੇ ਬਣੇ ਹੋਏ ਨੇ, ਪਹਿਲਾਂ ਸਿੱਧੂ ਹੋਣੀ, ਫਿਰ ਇਹ ਜਿਹੜਾ ਹਾਲੀਆ ਸਾਰਾ ਚੇਂਜਿਸ ਹੋਏ ਪਾਰਟੀ ਹੈ, ਦਲਬੀਰ ਗੋਲਡੀ ਦਾ ਇਸ਼ੂ ਕਰੰਟ ਹੈਗਾ? ਨਹੀਂ, ਦੇਖੋ ਇਹ ਤੁਹਾਨੂੰ ਮੈਂ ਦੱਸਿਆ ਵੀ ਜਿਹੜੀ ਇੰਟਰਨਲ ਹੈ ਇਹ 1 ਜੂਨ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਲਾਸਟ ਸਵਾਲ ਇੱਕ, ਤੁਸੀਂ ਕਿਹਾ ਕਿ ਰਾਹੁਲ ਗਾਂਧੀ ਨੇ 100 ਸਾਲ ਵਿੱਚ ਐਜ ਆ ਲੀਡਰ ਨਹੀਂ ਹੋਇਆ, ਜਿਹੜੇ ਰਾਹੁਲ ਗਾਂਧੀ ਨੇ ਨਵਾਂ ਇੱਕ ਪ੍ਰੋਸ ਤਿਆਰ ਕੀਤਾ, ਇੱਕ ਮਾਹੌਲ ਤਿਆਰ ਕੀਤਾ, ਵਿਦ ਇਨ ਕਾਂਗਰਸ ਫਿਰ ਇੰਨਾ ਕਿਉਂ ਹੈ ਕਿ ਚਾਹੇ ਪੰਜਾਬ ਦੀ ਗੱਲ ਹੋਏ ਜਾਂ ਨੈਸ਼ਨਲ ਲੈਵਲ ਦੀ ਗੱਲ ਹੋਏ, ਕਾਫੀ ਕਾਂਗਰਸੀ ਦਿੱਗਜ ਛੱਡ ਕੇ ਗਏ ਨੇ, ਕਿਆ ਉਹ ਰਾਹੁਲ ਗਾਂਧੀ ਲਈ ਚੈਲੰਜ ਨਹੀਂ ਹੈ? ਨਹੀਂ, ਕੋਈ ਚੈਲੰਜ ਨਹੀਂ ਹੈ। ਦੇਖੋ ਐਕਚੁਅਲੀ ਅੱਜ ਜਿਹੜਾ ਲੀਡਰ ਹੈ ਨਾ, ਲੀਡਰ ਦੇ ਹਾਲਾਤ ਇਹੋ ਜਿਹੇ ਹੋ ਗਏ ਵੀ ਉਹਦੇ ਨਾਲ ਕੋਈ ਬੰਦਾ ਹੀ ਨਹੀਂ ਜਾਂਦਾ। ਨਹੀਂ ਤਾਂ ਪਹਿਲੇ ਲੀਡਰ ਹੁੰਦੇ ਸੀ ਉਹਨਾਂ ਨਾਲ ਕੋਈ 10-20-50 ਹਜ਼ਾਰ ਵੋਟ ਜਿਹੜੀ ਉਹ ਸਵਿੰਗ ਹੁੰਦੀ ਸੀਗੀ, ਕੁਛ ਪਾਰਟੀ ਦੇ ਹੋਰ ਵੱਡੇ ਲੀਡਰ ਨਾਲ ਜ਼ਰੂਰ ਜਾਂਦੇ ਸੀ। ਅੱਜ ਤੁਸੀਂ ਦੇਖਦੇ ਹਾਂ ਵੀ ਜੇ ਬਿੱਟੂ ਗਿਆ ਤਾਂ ਇੱਕ ਕੌਂਸਲਰ ਵੀ ਨਹੀਂ ਗਿਆ, ਜੇ ਚੱਬੇਵਾਲ ਗਿਆ ਤਾਂ ਇੱਕ ਸਰਪੰਚ ਵੀ ਨਹੀਂ ਗਿਆ, ਜੇ ਕੋਈ ਵੀ ਬੰਦਾ ਜਾਂਦਾ। ਐਕਚੁਅਲੀ ਅਸਲੀ ਗੱਲ ਹੈ, ਲੋਕਾਂ ਨੂੰ ਇਸ ਗੱਲ ਦੀ ਸਮਝ ਆਉਣ ਲੱਗ ਪਈ ਆ
ਔਰ ਲੋਕ ਇਸ ਗੱਲ 'ਤੇ ਦੇਖੋ ਵੋਟਾਂ ਉਹਨਾਂ ਨੇ ਆਪ ਪਾਉਣੀਆਂ, ਲੇਕਿਨ ਜੇ ਤੁਸੀਂ ਫੇਸ ਵੈਲਿਊ ਆਪਣੀ ਖਰਾਬ ਕਰ ਲਓਗੇ, ਮੈਨੂੰ ਲੱਗਦਾ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਜਿਹੜਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੈੱਸ ਦੈਨ 50% ਪੋਲਿੰਗ ਹੋਣਾ ਇੰਡੀਕੇਸ਼ਨ ਹੈ ਵੀ ਲੋਕਾਂ ਦਾ ਹੌਲੀ ਹੌਲੀ ਡੈਮੋਕ੍ਰੇਸੀ ਤੋਂ ਵਿਸ਼ਵਾਸ ਜਿਹੜਾ ਉਹ ਘੱਟਦਾ ਜਾ ਰਿਹਾ। ਇਹਦੇ 'ਚ ਕੋਈ ਮੈਂ ਕਹਿਣ 'ਚ ਗੁਰੇਜ਼ ਨਹੀਂ ਕਰ ਰਿਹਾ। ਇੱਕ ਲਾਸਟ ਵਾਲ ਜਹਿਨ ਚੋਰ ਆ ਗਿਆ, ਤੁਸੀਂ ਕਾਂਗਰਸ 'ਚ ਰਹੋਗੇ? ਨਹੀਂ, ਕਿਉਂ, ਮੈਨੂੰ ਕੋਈ ਪ੍ਰੋਬਲਮ ਹੈ? ਮੈਂ ਦੇਖੋ ਮੈਂ ਜਿਹੜੀ ਲੌਜਿਕ ਦੀ ਲੜਾਈ ਲੜਦਾ ਅੱਜ ਤੱਕ, ਮੈਂ ਉਹਦੇ ਨਾਲੋਂ, ਕਿਉਂਕਿ ਜੇ ਕੋਈ ਪ੍ਰੋਬਲਮ ਹੋਵੇ ਮੈਂ ਘਰ ਬਹਿਣਾ ਪਸੰਦ ਕਰੂੰਗਾ। ਇਨਸਟੈਡ ਕੀ ਯਾਰ, ਆਹ ਕਰ ਕੀ ਰਹੇ ਆ, ਮਤਲਬ ਬਿੱਟੂ ਮੇਰਾ ਖਿਆਲ 3 ਵਾਰੀ ਐਮ ਪੀ, ਇੰਨੀ ਲਗੇਸੀ, ਗੱਲ ਕੀ ਸੀਗੀ ਵੀ ਇੱਕ ਸਰਵੇ ਕਰਾਇਆ ਪਰਸਨਲ, ਉਹਦੇ ਵਿੱਚ ਤੀਜਾ ਆਉਂਦਾ ਸੀ। ਆ ਚੱਬੇਵਾਲ 2 ਵਾਰੀ ਦਾ ਐਮ ਐਲ ਏ, ਡਿਪਟੀ ਸੀ ਐਲ ਪੀ, ਉਹਦੇ ਤੋਂ ਬਾਅਦ ਅਸਲੀ ਗੱਲ ਹੈ ਜੋ ਈ ਡੀ ਅਤੇ ਸੀ ਬੀ ਆਈ ਦਿੱਲੀ ਕਰਦੇ ਆ ਨਾ, ਪੰਜਾਬ ਦੇ ਵਿੱਚ ਵਿਜੀਲੈਂਸ ਵੀ ਇਹੀ ਕੰਮ ਕਰਦੀ ਆ। ਲੇਕਿਨ ਇਹਨਾਂ ਲੀਡਰਾਂ ਨੂੰ ਖੰਡ ਦੀ ਜ਼ਰੂਰਤ ਆ, ਜੇ ਫਿਰ ਇੱਦਾਂ ਦੀ ਗੱਲ ਕਿਤੇ ਆ ਵੀ ਜਾਂਦੀ ਆ ਤਾਂ ਵੀ ਫੇਸ ਇਟ, ਫਿਰ ਇਹਦੇ 'ਚ ਕੀ ਪ੍ਰੋਬਲਮ? ਡਰ ਕੇ ਗਏ ਨੇ, ਡਰਦੇ ਮਾਰੇ ਹੀ ਚਲੇ ਜਾਂਦੇ ਆ, ਕਿਉਂਕਿ ਇਹ ਬਹੁਤੇ ਲੀਡਰ ਤਾਂ ਮਤਲਬ ਡਰਦੇ ਮਾਰੇ ਹੀ ਕਿਤੇ ਨਾ ਕਿਤੇ ਖਿਸਕੇ ਹੁੰਦੇ ਆ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸੀਗੇ ਪ੍ਰਗਟ ਸਿੰਘ, ਸਾਫ਼ ਕਿਹਾ ਕਿ ਜਿਹੜਾ 1 ਜੂਨ ਤੋਂ ਬਾਅਦ ਹੈ ਉਸ ਤੋਂ ਬਾਅਦ ਇੰਟਰਨਲ ਪੋਲੀਟਿਕਸ ਵੀ ਕਹਾਂ ਗੱਲ ਕਰਾਂਗੇ, ਕਾਫ਼ੀ ਕੁਛ ਜਿਹੜੀ ਗੱਲ ਹੈ ਉਹ ਵੀ ਸਾਹਮਣੇ ਆਏਗੀ, ਔਰ ਬਿੱਟੂ ਦੀ ਗੱਲ ਹੋਏ, ਚੱਬੇਵਾਲ ਦੀ ਗੱਲ ਹੋਏ, ਈ ਡੀ ਅਤੇ ਸੀ ਬੀ ਆਈ ਬੀ ਜੇ ਪੀ ਦਾ ਸਾਰਾ ਲਈ ਤਮਾਮ ਐਲੀਗੇਸ਼ਨ ਲਾਏ ਨੇ।